ਟੀਚਰਸ ਤੁਹਾਡੇ ਆਪਣੇ YouTube ਚੈਨਲ The Nation Builder Teacher ਉਤੇ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਰਿਕਰੂਟਮੈਂਟ ਆਫ ETT ਟੀਚਰਸ 2020 23-24 ਦੀ ਜਿਹੜੀ ਭਰਤੀ ਹੈ ਜੀ ਉਸ ਨੂੰ ਲੈ ਕੇ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ 21 ਤਰੀਕ ਤੋਂ ਲੈ ਕੇ 24 ਤਰੀਕ ਤੱਕ ਜਿਹੜੇ ਤੁਸੀਂ ਸਟੇਸ਼ਨ ਚੁਆਇਸ ਕਰ ਸਕਦੇ ਹੋ ਜੀ ਉਸ ਦੇ ਲਈ ਲੈਟਰ ਜਾਰੀ ਕੀਤਾ ਗਿਆ ਸੀ ਜਨਰਲ ਕੈਟਾਗਰੀ ਦੇ ਜਿੰਨੇ ਵੀ ਬੱਚੇ ਨੇ ਉਹਨਾਂ ਦੀ ਜਿਹੜੀ ਸਟੇਸ਼ਨ ਚੁਆਇਸ ਦੀ ਆਪਸ਼ਨ ਹੈ ਉਹਨਾਂ ਹੋ ਚੁੱਕੀ ਹੈ ਜਿਸ ਦੇ ਜਿੱਥੋਂ ਤੱਕ ਮੈਂ ਵੇਖਿਆ ਜੀ ਇਸ ਦੇ ਵਿੱਚ ਫਾਜ਼ਿਲਕਾ ਡਿਸਟ੍ਰਿਕਟ ਨੂੰ ਛੋੜ ਕੇ ਬਾਰਡਰ ਕੈਦਰ ਦੀਆਂ ਬਾਕੀ ਸਾਰੇ ਡਿਸਟ੍ਰਿਕਟ ਦੇ ਜਿਹੜੇ ਸਟੇਸ਼ਨ ਹੈ ਉਹ ਓਪਨ ਹੋ ਚੁੱਕੇ ਨੇ ਸਾਰੀ ਲਿਸਟ ਆਪਣੇ ਕੋਲ ਹੈ ਜੀ ਉਹ ਇਸੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤੁਸੀਂ ਕਿਹੜੇ ਕਿਹੜੇ ਸਕੂਲ ਨੂੰ ਚੁਣ ਸਕਦੇ ਹੋ ਆਈਡੀ ਦੇ ਵਿੱਚ ਜਾ ਕੇ ਤੁਸੀਂ ਕਿਸ ਤਰੀਕੇ ਦੇ ਨਾਲ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਸੇ ਵੀ ਤਰੀਕੇ ਦੀ ETT 994234635 ਟਰਾਂਸਫਰ ਜਾਂ E ਪੰਜਾਬ ਨੂੰ ਲੈ ਕੇ ਜੋ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜੇਗੀ ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਟੈਲੀਗ੍ਰam ਗਰੁੱਪ ਨੂੰ ਵੀ ਜੁਆਇਨ ਕਰ ਲਓ ਜੀ ਉੱਥੇ ਮੈਂ ਲਿਸਟਾਂ ਸਾਰੀਆਂ ਤੁਹਾਨੂੰ ਸੈਂਡ ਕਰ ਦਿਆਂਗਾ ਹਾਂਜੀ ਕੈਂਡੀਡੇਟ ਸੋਰੀ ਟੀਚਰਸ ਤੁਸੀਂ ਵੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਇੱਕ ਨਵੀਂ ਆਪਸ਼ਨ ਜਿਹੜੀ ਤੁਹਾਨੂੰ ਦਿਖਾਈ ਦੇਗੀ ਸਟੇਸ਼ਨ ਚੁਆਇਸ ਇਸ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਸ ਤਰੀਕੇ ਦਾ ਤੁਹਾਡਾ ਬੇਸਿਕ ਡਿਟੇਲਸ ਦਿਖਾਈ ਦੇਗੀ ਜੀ ਉਸ ਦੇ ਵਿੱਚ ਅੱਗੇ ਤੁਸੀਂ ਅ অপਸ਼ਨ ਬਣੀ ਹੋਈ ਹੈ ਜੀ ਡਿਸਟ੍ਰਿਕਟ ਇਸ ਦੇ ਵਿੱਚ ਜਿਹੜੀ ਡਿਸਟ੍ਰਿਕਟ ਕੈਡਰ ਜਿਹੜੀ ਆ ਰਹੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਜੀ ਫਾਜ਼ਿਲਕਾ ਡਿਸਟ੍ਰਿਕਟ ਨੂੰ ਛੱਡ ਕੇ ਬਾਕੀ ਪੰਜ ਜਿਹੜੀ ਬਾਰਡਰ ਕੈਡਰ ਦੀ ਹੈ ਉਹ ਸਾਰੀ ਆ ਰਹੀ ਹੈ ਜੀ ਇੱਥੇ ਬਲੋਕ ਸ਼ੋ ਹੋਏਗਾ ਇੱਥੇ ਤੁਸੀਂ ਉਹ ਜਿਹੜੇ ਸਕੂਲ ਹੈ ਜੀ ਜਿਸ ਡਿਸਟ੍ਰਿਕਟ ਦੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਉਸ ਤੋਂ ਬਾਅਦ ਤੁਸੀਂ ਇਸ ਗ੍ਰੀਨ ਤੇ ਕਲਿੱਕ ਕਰਕੇ ਇੱਥੇ ਜਿਹੜਾ ਸਕੂਲ ਦਿੱਤਾ ਹੈਗਾ ਉਸ ਤੇ ਕਲਿੱਕ ਕਰਨ ਤੋਂ ਬਾਅਦ ਇਸ ਗ੍ਰੀਕ ਆਈਕਨ ਤੇ ਤੁਸੀਂ ਕਲਿੱਕ ਕਰੋਗੇ ਇੱਥੇ ਉਹ ਚੂਜ਼ ਹੋ ਕੇ ਆ ਜਾਏਗਾ ਜੇਕਰ ਤੁਸੀਂ ਚੂਜ਼ ਕੀਤੇ ਗਏ ਸਕੂਲ ਨੂੰ ਇੱਥੋਂ ਰਿਮੂਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫੇਰ ਉਸੇ ਤਰੀਕੇ ਦੇ ਨਾਲ ਜੋ ਇੱਥੇ ਸਕੂਲ ਤੁਸੀਂ ਚੂਜ਼ ਕੀਤਾ ਹੈ ਇਸ ਰੈੱਡ ਤੇ ਕਲਿੱਕ ਕਰੋਗੇ ਉਹ ਤੁਹਾਡਾ ਉਸ ਤੋਂ हट ਜਾਏਗਾ ਮੈਂ ਫੇਰ ਦੱਸ ਦਿੰਦਾ ਜੀ ਸਭ ਤੋਂ ਪਹਿਲਾਂ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਹਾਡੀ ਬੇਸਿਕ ਡਿਟੇਲ ਆਏਗੀ ਥੱਲੇ ਤੁਹਾਨੂੰ ਡਿਸਟ੍ਰਿਕਟ ਦਿੱਤਾ ਗਿਆ ਹੈ ਤੇ ਬਲੌਕ ਦਿੱਤਾ ਗਿਆ ਹੈ ਉੱਥੇ ਤੁਸੀਂ ਡਿਸਟ੍ਰਿਕਟ ਤੇ ਬਲੌਕ ਚੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲ ਚੂਜ਼ ਸਟੇਸ਼ਨ ਆਏਗਾ ਜੀ ਤੇ ਅਪਲਾਈਡ ਸਟੇਸ਼ਨ ਆਏਗਾ ਉਸ ਤੋਂ ਬਾਅਦ ਸਾਰਾ ਕੁਝ ਚੂਜ਼ ਕਰਨ ਤੋਂ ਬਾਅਦ ਤੁਹਾਨੂੰ ਫਾਈਨਲ ਸਬਮਿਟ ਵੀ ਕਰਨਾ ਹੋਵੇਗਾ ਡਿਸਟ੍ਰਿਕਟ ਕਿਹੜੇ-ਕਿਹੜੇ ਨੇ ਸਟੇਸ਼ਨ ਕਿਹੜੇ-ਕਿਹੜੇ ਨੇ ਇਹ ਆਪਾਂ ਡਿਸਕਸ ਕਰਦੇ ਹਾਂ ਪੀਡੀਐਫ ਦੇ ਵਿੱਚ ਸਾਰਾ ਕੁਝ ਤੁਹਾਨੂੰ ਦਿਖਾਈ ਦੇ ਜਾਏਗਾ ਹਾਂਜੀ ਕੈਂਡੀਡੇਟ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਇਸ ਤਰੀਕੇ ਦੇ ਨਾਲ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਫਟਾਣਕੋਟ ਤੇ ਤਰਨਤਾਰ ਜਿਹੜੇ ਜ਼ਿਲ੍ਹੇ ਨੇ ਪੰਜ ਬਾਰਡਰ ਕਾਡਰ ਦੇ ਉਹ ਦਿਖਾਈ ਦੇ ਰਹੇ ਨੇ ਫਾਜ਼ਿਲਕਾ ਇਸ ਦੇ ਵਿੱਚ ਨਹੀਂ ਹੈ ਫਾਜ਼ਿਲਕਾ ਦੇ ਤੁਸੀਂ ਸਕੂਲ ਚੂਜ਼ ਨਹੀਂ ਕਰ ਸਕਦੇ ਫਿਰੋਜ਼ਪੁਰ ਦੇ ਵਿੱਚ ਕਿੰਨੇ ਸਕੂਲ ਨੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਸਕੂਲ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕਿੰਨੇ ਨੇ ਫਟਾਣਕੋਟ ਦੇ ਵਿੱਚ ਕਿੰਨੇ ਨੇ ਤਰਨਤਾਰ ਡਿਸਟ੍ਰਿਕਟ ਦੇ ਵਿੱਚ ਕਿੰਨੇ ਸਕੂਲ ਨੇ ਇਹ ਸਕੂਲ ਵਾਈਜ਼ ਲਿਸਟ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬੜੇ ਹੀ ਧਿਆਨ ਨਾਲ ਵੇਖਣਾ ਜੀ ਚੂਜ਼ ਤੁਸੀਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਆਲਰੇਡੀ telegram group ਉਪਰ ਵੀ ਮਿਲ ਜਾਈਗੀ ਤੁਹਾਨੂੰ ਠੀਕ ਹੈ ਹਾਂਜੀ ਟੀਚਰ ਤੁਸੀਂ ਵੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਸਕੂਲ ਦੀ ਜਿਹੜੀ ਲਿਸਟ ਆ ਜਾਏਗੀ ਜਿਸ ਤਰੀਕੇ ਦੇ ਨਾਲ ਜੀਪੀਐਸ ਕਰੀ ਕਲੈਰੀਕਲਾ ਜੀਪੀਐਸ ਮਾਛੀਵਾੜਾ ਜੀਪੀਐਸ ਮਹਿਮਾ ਇਹ ਸਾਰੇ ਸਕੂਲ ਨੇ ਇਸ ਦੇ ਵਿੱਚ ਲਗਭਗ 48 ਸਕੂਲ ਇਹ ਫਿਰੋਜ਼ਪੁਰ ਡਿਸਟ੍ਰਿਕਟ ਦੇ ਨੇ ਠੀਕ ਹੈ ਜੀ ਇਹ ਤੁਸੀਂ ਵੇਖ ਸਕਦੇ ਹੋ ਸਾਰੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਸਕੂਲ ਨੇ ਪੂਰੀ ਲਿਸਟ ਤੁਹਾਨੂੰ ਇਹ ਟੈਲੀਗ੍ਰam ਗਰੁੱਪ ਉੱਪਰ ਮਿਲ ਜਾਏਗੀ ਜੀ ਮੈਂ ਹੌਲੀ ਹੌਲੀ ਸਕਰੋਲ ਕਰ ਰਿਹਾ ਹਾਂ ਜੀਪੀਐਸ ਰੁਕਨੇ ਵਾਲਾ ਓਨ ਦੀ ਰੋਡ ਸਕੂਲ ਹੈ ਜੀ ਇਹ ਜੀਪੀਐਸ ਸੁਲਤਾਨ ਵਾਲਾ ਜੀਪੀਐਸ ਗੱਟੀ ਰਹਿਮ ਕੇ ਹੋ ਸਕਦਾ ਜੀ ਪ੍ਰੋਨਾਂਊਂਸ ਦੇ ਵਿੱਚ ਥੋੜਾ ਗਲਤ ਹੋ ਜਾਏ ਜੀਪੀਐਸ ਕਾਲੂ ਵਾਲਾ ਠੀਕ ਹੈ ਜੀ ਇਹ ਤੁਸੀਂ ਸਾਰੇ ਸਕੂਲ ਦੀ ਲਿਸਟ ਟੈਲੀਗ੍ਰam ਗਰੁੱਪ ਤੋਂ ਪ੍ਰਾਪਤ ਕਰ ਸਕਦੇ ਹੋ ਇਹ ਸਾਰੇ ਸਕੂਲ ਜਿਹੜੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਨੇ ਠੀਕ ਹੈ ਜੀ ਕਿਉਂਕਿ ਵੀਡੀਓ ਲੰਬੀ ਨਾ ਹੋ ਜਾਏ ਇਸ ਦੇ ਲਈ ਮੈਂ ਤੁਹਾਨੂੰ ਸਕਰੋਲ ਕਰਕੇ ਸਾਰੇ ਸਕੂਲ ਦੱਸ ਦਿੱਤੇ ਆ ਜੀ ਇਸ ਤੋਂ ਬਾਅਦ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿੰਨੇ ਨੇ ਉਹ ਹਾਂਜੀ ਟੀਚਰ ਇਹ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਸਕੂਲ ਨੇ ਉਹ ਇਹ ਸਾਰੇ ਉਹ ਸਕੂਲ ਨੇ ਜੀਜੀਐਸ ਜੇਤੋ ਸਰੇਜਾ ਜੀਪੀਐਸ ਦਸਮੇਸਨਗਰ ਜੀਪੀਐਸ ਚੰਗੀ ਜੀਪੀਐਸ ਦੱਲਾ ਇਹ ਸਾਰੇ ਉਹ ਸਕੂਲ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਆਜੀ ਠੀਕ ਹੈ ਗੁਰਦਾਸਪੁਰ ਡਿਸਟ੍ਰਿਕਟ ਦੇ ਸਕੂਲ ਨੇ ਮੈਂ ਫਿਰੋਜ਼ਪੁਰ ਦੇ ਹੋਰ ਆਲਰੇਡੀ ਦਿਖਾ ਚੁੱਕਿਆ ਇਹ ਹੈ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਠੀਕ ਹੈ ਜੀ ਤੁਸੀਂ ਸਾਰੇ ਦੇਖ ਸਕਦੇ ਹੋ ਇਹ ਵੀ ਮੈਨੂੰ ਕਿਸੇ ਵਟਸਐਪ ਗਰੁੱਪ ਤੋਂ ਮਿਲੀ ਹੈ ਜੀ ਲਿਸਟ ਉਹਨਾਂ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਵੀ ਇਹ ਜਿਹੜੀ ਅ ਡਾਟਾ ਸ਼ੇਅਰ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਜਿਹੜੀ ਵੀ ਜਾਣਕਾਰੀ ਹੁੰਦੀ ਹੈ ਉਹ ਸਾਂਝੀ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਜੀ ਮੈਨੂੰ ਜਿਵੇਂ ਮਿਲੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਜਾ ਕੇ ਵੇਖ ਸਕਦੇ ਹੋ ਠੀਕ ਹੈ ਜੀ ਇਹ ਪੂਰੀ ਲਿਸਟ ਤੁਹਾਨੂੰ ਮਿਲ ਜਾਏਗੀ ਇਸ ਦੇ ਵਿੱਚ ਕਾਫੀ ਸਕੂਲ ਨੇ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕਾਫੀ ਸਕੂਲ ਨੇ ਤੁਸੀਂ ਇਹ ਸਾਰੀ ਲਿਸਟ ਟੈਲੀਗ੍ਰam ਗਰੁੱਪ ਦੇ ਵਿੱਚ ਜਾ ਕੇ ਲੈ ਲੈਣਾ ਜੀ ਠੀਕ ਹੈ ਇਹ ਵੇਖ ਲਓ ਜੀ ਇਹ ਕਾਫੀ ਲੰਬੀ ਚੌੜੀ ਇੱਕ ਲਿਸਟ ਹੈ ਠੀਕ ਹੈ ਜੀ ਠੀਕ ਹੈ ਇਹ ਤੁਸੀਂ 18 ਪੇਜ ਦੀ ਹੈ ਜੀ ਸਕਰੀਨਸ਼ਾਟ ਲਏ ਹੋਏ ਆ ਲਗਭਗ ਇੱਕ ਪੇਜ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਜੀ 7-8 ਸਕੂਲ ਨੇ ਠੀਕ ਹੈ ਜੀ ਤਾਂ ਇਹ ਲਗਭਗ ਆਪਣੇ 80 ਤੋਂ 90 100 ਦੇ ਕਰੀਬ ਜ਼ਿਆਦਾ ਹੀ ਹੋ ਸਕਦੇ ਆ ਜੀ ਠੀਕ ਹੈ 150 ਦੇ ਕਰੀਬ ਇਹ ਸਕੂਲ ਨੇ ਉਸ ਤੋਂ ਬਾਅਦ ਅੱਗੇ ਜਿਹੜਾ ਜ਼ਿਲ੍ਹਾ ਹੈ ਜੀ ਉਹ ਦੱਸ ਦਿਦਾ ਤੁਹਾਨੂੰ ਇਹ ਹੈ ਜੀ ਅਮ੍ਰਿਤਸਰ ਡਿਸਟ੍ਰਿਕਟ ਦੀ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਸਾਰੇ ਅਮ੍ਰਿਤਸਰ ਡਿਸਟ੍ਰਿਕਟ ਹੈ ਜੀ ਠੀਕ ਹੈ ਸਾਰਾ ਇੱਥੇ ਠੀਕ ਹੈ ਜੀ ਇਹ ਸਭ ਇਸ ਦੇ ਵਿੱਚ ਸਾਰਾ ਠੀਕ ਹੈ ਜੀ ਇਹ ਲਿਸਟ ਤੁਸੀਂ ਤੁਹਾਨੂੰ ਇਸ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਏਗੀ ਇਹ ਮੈਂ ਇਸ ਵਾਸਤੇ ਦਿਖਾ ਰਿਹਾ ਕਿ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕੋ ਕਿ ਤੁਸੀਂ ਕਿਹੜਾ ਸਕੂਲ ਚੂਜ਼ ਕਰਨਾ ਹੈ ਕਿਉਂਕਿ ਤੁਹਾਡੇ ਕੋਲ ਲਗਭਗ 24 ਦੀ ਤਾਰੀਖ ਤੱਕ ਦਾ ਹੀ ਸਮਾਂ ਹੈ ਇਸ ਤੋਂ ਤੁਸੀਂ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਵੀ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਕਾਫੀ ਸਕੂਲ ਨੇ ਉਸ ਤੋਂ ਬਾਅਦ ਜਿਹੜੇ ਅੱਗੇ ਇੱਕ ਲਿਸਟ ਹੋਰ ਹੈ ਜੀ ਉਹ ਮੈਂ ਤੁਹਾਨੂੰ ਦਿਖਾ ਦਿਆ ਇਹ ਹੈ ਜੀ ਤਰਨਤਾਰਨ ਡਿਸਟ੍ਰਿਕਟ ਦੀ ਪੂਰੀ ਇੱਕ ਲਿਸਟ ਬਣੀ ਹੋਈ ਹੈ ਜਿਸ ਦੇ ਵਿੱਚ ਤੁਸੀਂ ਵੇਖਦੇ ਹੋ ਜੀ ਐਸ ਚੰਗ ਦਲੇਰੀ ਦਲ ਦਰੰਜ ਕੇ ਧੁੰਨ ਦੋਦੇ ਸੁਦਾਨੀਆਂ ਕਾਲੇ ਕਲਸੀਆਂ ਠੀਕ ਹੈ ਜੀ ਇਹ ਆਪਣੇ ਤਰਨਤਾਰ ਡਿਸਟ੍ਰਿਕਟ ਦੀ ਜਿਹੜੀ ਲਿਸਟ ਹੈ ਜੀ ਤੁਸੀਂ ਸਾਰੀ ਲਿਸਟਾਂ ਤੁਹਾਨੂੰ ਇਹ ਟੈਲੀਗ੍ਰਾਮ ਗਰੁੱਪ ਉੱਪਰ ਮਿਲ ਜਾਏਗੀ ਤੁਸੀਂ ਉੱਥੋਂ ਜਾ ਕੇ ਆਪਣੇ ਸਕੂਲ ਚੂਜ਼ ਕਰ ਲੈਣਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਚੋਣਦੇ ਜਿੰਨੇ ਵੀ ਕੈਂਡੀਡੇਟ ਨੇ ਤੁਸੀਂ ਆਪਣੇ ਸਕੂਲ ਚੂਜ਼ ਕਰ ਲੋ ਜੀ ਉਸ ਤੋਂ ਬਾਅਦ ਇੱਕ ਹੰਬਲ ਰਿਕੁਐਸਟ ਹੈ ਜੀ 6835 ਦਾ ਕੋਈ ਵੀ ਕੈਂਡੀਡੇਟ ਪਲੀਜ਼ ਜਿਹੜਾ 23 ਚੋੜ ਦੇ ਵਿੱਚ ਸਿਲੈਕਟ ਹੈ ਉਹ ਚੂਜ਼ ਨਾ ਕਰਿਓ ਨਾ ਹੀ 1994 ਦੇ ਵਿੱਚ ਜਦੋਂ ਸਟੇਸ਼ਨ ਓਪਨ ਹੁੰਦੀ ਹੈ ਨਾ ਕਰਿਓ ਜੀ ਕਿਉਂਕਿ ਤੁਹਾਡੀ ਉੱਥੇ ਹੀ ਜੁਆਇਨਿੰਗ ਹੋਣੀ ਹੈ ਜਿੱਤੇ ਤੁਸੀਂ ਔਰ ਰੈਡੀ ਜੌਬ ਕਰ ਰਹੇ ਹੋ ਚਾਹੇ ਤੁਸੀਂ ਬਾਰਡਰ ਕੈਡਰ ਦੇ ਵਿੱਚੋਂ ਤਾਂ ਵੀ ਉਹ ਹੀ ਸਕੂਲ ਰਹੇਗਾ ਜੀ ਫਾਜ਼ਿਲ ਕਾ ਇਸ ਦੇ ਵਿੱਚ ਨਹੀਂ ਓਪਨ ਕੀਤਾ ਗਿਆ ਤਾਂ ਤੁਹਾਨੂੰ ਹੰਬਲ ਰਿਕੁਐਸਟ ਹੈ ਜੀ ਛਾੜਪੈਂਦੀ ਵਾਲਿਓ ਪਲੀਜ਼ ਤੁਸੀਂ 2364 ਤੇ 9594 ਦੇ ਸਟੇਸ਼ਨ ਚੁਆਇਸ ਦੇ ਵਿੱਚ ਸਟੇਸ਼ਨ ਚੂਜ਼ ਨਾ ਕਰਿਓ ਜੀ ਕਿਉਂਕਿ ਇਸ ਦੇ ਨਾਲ ਕਿਸੇ ਇੱਕ ਕਰ ਦੇ ਵਿੱਚ ਰੋਜ਼ਗਾਰ ਚਲਾ ਜਾਏਗਾ ਉਸ ਦਾ ਵੀ ਚੁੱਲਾ ਜਿਹੜਾ ਹੈ ਬਲ ਸਕਦਾ ਹੈ ਜੀ ਉਹ ਰੋਜ਼ਗਾਰ ਬਹੁਤ ਜ਼ਰੂਰੀ ਹੈ ਜੀ ਤੁਸੀਂ ਰੋਜ਼ਗਾਰ ਦੇ ਵਿੱਚ ਆਲਰੇਡੀ ਹੋ ਇਸ ਦੇ ਲਈ ਛਾੜਪੈਂਦੀ ਦੇ ਜਿੰਨੇ ਵੀ ਟੀਚਰਸ ਨੇ ਕਿਉਂਕਿ ਉਹ ਆਲਰੇਡੀ 2 ਸਾਲ ਤੋਂ ਜੌਬ ਕਰ ਰਹੇ ਨੇ ਟਰਾਂਸਫਰਾਂ ਵੀ ਓਪਨ ਹੋ ਜਾਣਗੀਆਂ ਜਨਰਲ ਦੀ ਵੀ ਜਿਹੜੀ ਟਰਾਂਸਫਰ ਓਪਨ ਹੋਏਗੀ ਜੀ ਇਸ ਦੇ ਲਈ ਪਲੀਜ਼ ਛੜ ਪੈਂਦੀ ਕੈਂਡੀਡੇਟਸ ਜਿਹੜੇ ਟੀਚਰਸ ਨੇ ਉਹ ਦੁਬਾਰਾ ਸਟੇਸ਼ਨ ਚੋਇਸ ਨਾ ਕਰਿਓ ਜਿਸ ਦੇ ਨਾਲ 2364 ਦੇ ਵਿੱਚ ਹੋਰ ਕੈਂਡੀਡੇਟ ਆਪਣੇ ਸਾਥੀ ਲੱਗਣਗੇ ਤਾਂ ਵੀਡੀਓ ਕਿਦਾਂ ਲੱਗੀ ਜੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਈਟੀਟੀ ਨੂੰ ਈਟੀਟੀ ਦੀ ਕਿਸੇ ਵੀ ਪ੍ਰਕਾਰ ਦੀ ਜੋ ਇਨਫੋਰਮੇਸ਼ਨ ਹੋਏਗੀ ਸਭ ਤੋਂ ਪਹਿਲਾਂ ਤੁਹਾਨੂੰ ਦਾ ਨੇਸ਼ਨ ਬਿਲਡਰ ਟੀਚਰ ਤੁਹਾਡੇ ਤੁਹਾਡਾ ਆਪ ਦਾ ਜਿਹੜਾ ਚੈਨਲ ਹੈ ਜੀ ਉਸ ਤੇ ਉੱਪਰ ਮਿਲ ਜਾਏਗੀ ਮਿਲਦੇ ਆ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਵੀ ਤਦ ਤੱਕ ਸਸ਼ਿਆਕਾਰ ਤੇ ਰਾਮ ਰਾਮ